ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਮੁਹਿੰਮ ਤਹਿਤ ਕੰਮ ਕਰ ਰਹੀ ਹੈ, ਉੱਥੇ ਹੀ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਇਸ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸੀ ਕੜੀ ਦੇ ਚੱਲਦਿਆਂ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਲੁਧਿਆਣਾ ਵਿਖੇ ਮੋਟਰਸਾਈਕਲ ਰੈਲੀ ਕੱਢ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਹ ਕਿਸੇ ਨੂੰ ਸੂਚਨਾ ਮਿਲ ਰਹੀ ਆ ਤੇ ਪੁਲਿਸ ਦਾ ਫਰਜ਼ ਬਣਦਾ ਵਾ ਵੀ ਉਹ ਤੇ ਕਾਰਵਾਈ ਕਰਨਾ ਤੇ ਉਹ ਤੇ ਐਕਸ਼ਨ ਲੈਣਾ। ਜੇ ਇਹੋ ਜਿਹਾ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਮੈਂ ਵੱਡੇ ਅਫਸਰਾਂ ਨੂੰ ਕਹੂੰਗਾ ਵੀ ਇਹੋ ਜਿਹੜੇ ਅਫਸਰ ਹੈਗੇ ਆ ਜਾਂ ਕੋਈ ਮੁਲਾਜ਼ਮ ਹੈਗੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ। ਰੈਲੀ ਕੱਢੀ ਗਈ ਹੈ, ਉਸ ਦਾ ਮੇਨ ਮਕਸਦ ਜਿਹੜਾ ਚਿੱਟੇ ਨਾਂ ਦਾ ਨਸ਼ਾ ਜਿਸ ਦੇ ਨਾਲ ਰੋਜ਼ ਨੌਜਵਾਨ ਇਸ ਦੀ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਅੱਜ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਇਸ ਚਿੱਟੇ ਦੇ ਵਿਰੁੱਧ ਜਿਹੜੀ ਆਵਾਜ਼ ਬੁਲੰਦ। ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।